ਤੁਸੀਂ ਜੁੜੇ ਹੋ ਹਨ ਵਨ ਪੰਜਾਬੀ ਲਾਈਵ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਜਿਵੇਂ ਆਪ ਜੀ ਨੂੰ ਪਹਿਲਾਂ ਖਬਰ ਦਿੱਤੀ ਗਈ ਸੀ ਕਿ ਸੀਐਮ ਭਗਵੰਤ ਮਾਨ ਨੂੰ ਪੈरिस 올림픽 ਵਿੱਚ ਜਾਣ ਦੀ ਵਿਦੇਸ਼ੀ ਮੰਤਰਾਲੇ ਦੇ ਵੱਲੋਂ ਭਾਵ ਕੀ ਭਾਰਤ ਸਰਕਾਰ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਦਾ ਕਾਰਨ ਸੁਰੱਖਿਆ ਦੀ ਕਮੀ ਦੱਸਿਆ ਗਿਆ ਸੀ ਪਰ ਹੁਣ ਇੱਕ ਖਬਰ ਹੋ ਨਿਕਲ ਕੇ ਆ ਰਹੀ ਹੈ ਕਿ ਸੀਐਮ ਭਗਵੰਤ ਮਾਨ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਜਿਹੜੇ ਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਨ ਉਹਨਾਂ ਨੂੰ ਵੀ ਯੂ ਐਸ ਏ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਯੂ ਐਸ ਏ ਦੇ ਵਿੱਚ ਕਲਤਾਰ ਸਿੰਘ ਸੰਧਵਾ ਨੇ ਸਿਆਸੀ ਕਾਨਫਰੰਸ اٹੈਂਡ ਕਰਨੀ ਸੀ ਜਿਸ ਦੇ ਕਾਰਨ ਉਹਨਾਂ ਨੇ ਵੀ ਉਸੇ ਪ੍ਰੋਸੈਸ ਤਹਿਤ ਹੀ ਲੰਘਣਾ ਸੀ ਜਿਸ ਪ੍ਰੋਸੈਸ ਤਹਿਤ ਸੀਐਮ ਭਗਵੰਤ ਮਾਨ ਲੰਗੇ ਸੀ ਭਾਵੇਂ ਕਿ ਵਿਦੇਸ਼ੀ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਸੀ ਤੇ ਯੂ ਐਸ ਏ ਦੇ ਵਿੱਚ ਜਾ ਕੇ ਕਾਨਫਰੰਸ ਜਿਹੜੀ ਉਹ اٹੈਂਡ ਕਰਨੀ ਸੀ ਇਹ ਕਾਨਫਰੰਸ ਸਿਆਸੀ ਕਾਨਫਰੰਸ ਸੀ ਇਸ ਦਾ ਹਵਾਲਾ ਤਾਂ ਭਾਵੇਂ ਕੁਝ ਨਹੀਂ ਦਿੱਤਾ ਗਿਆ ਜਿਵੇਂ ਸੀਐਮ ਭਗਵੰਤ ਮਾਨ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ਉਹਨਾਂ ਦੀ ਨਾਮਨਜ਼ੂਰੀ ਕੀਤੀ ਗਈ ਜਿਹੜੀ ਵਿਦੇਸ਼ ਯਾਤਰਾ ਸੀ 올림픽 ਪੈਰਿਸ ਦੀ ਇੱਥੇ ਕੁਲਤਾਰ ਸਿੰਘ ਸੰਧੂਆ ਦੀ ਜਿਹੜੀ ਯੂਐਸਏ ਦੀ ਫੇਰੀ ਸੀ ਜਿਹੜੀ ਕਿ ਸਿਆਸੀ ਕਾਨਫਰੰਸ ਉਹਨਾਂ ਨੇ ਅਟੈਂਡ ਕਰਨੀ ਸੀ ਇਹਨੂੰ ਰਜੈਕਟ ਕਰਨੇ ਦਾ ਵੀ ਜਿਵੇਂ ਪ੍ਰੋਸੇਜੋਗ ਸੂਤਰਾ ਨੇ ਸੀਐਮ ਭਗਵੰਤ ਮਾਨ ਦੀ ਫੇਰੀ ਦਾ ਰਿਜੈਕਟ ਕਰਨ ਦਾ ਕਾਰਨ ਦੱਸਿਆ ਕਿ ਸੁਰੱਖਿਆ ਅਧਿਕਾਰ ਸੀ ਪਰ ਇੱਥੇ ਜਿਹੜਾ ਅਜਿਹਾ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਨਾ ਹੀ ਕੋਈ ਪ੍ਰੋਸੇਜੋਗ ਸੂਤਰ ਇਹ ਖਬਰ ਕੱਢ ਕੇ ਲੈ ਕੇ ਆ ਰਹੇ ਨੇ ਕਿ ਯੂਐਸਏ ਦੀ ਫੇਰੀ ਜਿਹੜੀ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦੀ ਕਿਉਂ ਰੱਦ ਕੀਤੀ ਗਈ ਜੇਕਰ ਗੱਲ ਕੀਤੀ ਜਾਵੇ ਇਸ ਜਾਣਕਾਰੀ ਦੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਸੀਐਮ ਭਗਵੰਤ ਮਾਨ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਦਾ ਜਿਹੜਾ ਵੀਜ਼ਾ ਰੱਦ ਹੋਇਆ ਯੂਐਸਏ ਦਾ ਉਹ ਕਲਤਾਰ ਸਿੰਘ ਸੰਧਵਾ ਨੇ ਆਪ ਵੀ ਜਾਣਕਾਰੀ ਦਿੱਤੀ ਹੈ ਕਿ ਮੇਰਾ ਯੂਐਸਏ ਦਾ ਇੱਕ ਸਿਆਸੀ ਕਾਨਫਰੰਸ ਅਟੈਂਡ ਕਰਨ ਦਾ ਵਿਚਾਰ ਸੀ ਉੱਥੇ ਅਸੀਂ ਜਾਣਾ ਸੀ ਤੇ ਉਹਦਾ ਕੇਂਦਰ ਸਰਕਾਰ ਦੇ ਵੱਲੋਂ ਭਾਵ ਕਿ ਵਿਦੇਸ਼ੀ ਮੰਤਰਾਲੇ ਵੱਲੋਂ ਉਹ ਵੀ ਇਜਾਜ਼ਤ ਨਹੀਂ ਦਿੱਤੀ ਗਈ ਖੁਦ ਜਾਣਕਾਰੀ ਕਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੱਤੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸੀਐਮ ਭਗਵੰਤ ਮਾਨ ਦਾ ਵੀਜ਼ਾ ਜਿਹੜਾ ਉਹ ਨਹੀਂ ਲੱਗਿਆ ਤੇ ਉਸ ਤੋਂ ਬਾਅਦ ਮੇਰਾ ਵੀਆ ਜਿਹੜਾ ਨਹੀਂ ਲੱਗਿਆ ਇਸ ਦਾ ਮੁੱਖ ਕਾਰਨ ਜਿਹੜਾ ਉਹਨਾਂ ਨੂੰ ਸਿਆਸੀ ਐਜੰਡਾ ਲੱਗ ਰਿਹਾ ਹੋਰ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਕਿ ਸਿਰਫ ਇਹ ਸਿਆਸੀ ਬਦਲਾਖੋਰੀ ਦੀ ਭਾਵਨਾ ਹੈ ਅਤੇ ਸਿਆਸੀ এজੰਡਾ ਹੈ ਜਿਸ ਦੇ ਕਾਰਨ ਸੀਐਮ ਭਗਵੰਤ ਮਾਨ ਨੂੰ ਪੈਰਿਸ ਨਹੀਂ ਜਾਣ ਦਿੱਤਾ ਗਿਆ 올림픽 ਖੇਡਾਂ ਦੇ ਵਿੱਚ ਜਿੱਥੇ ਪੰਜਾਬੀ ਖਿਡਾਰੀ ਹਾਕੀ ਟੀਮ ਦੇ ਵਿੱਚ ਸਭ ਤੋਂ ਵੱਧ 19 ਪੰਜਾਬੀ ਖਿਡਾਰੀ ਨੇ ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਭਗਵੰਤ ਮਾਨ ਨੇ ਜਾਣਾ ਸੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਮੈਂ ਭਾਪੀ ਕਰਤਾਰ ਸਿੰਘ ਸੰਧਵਾ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਯੂਐਸਏ ਸਿਆਸੀ ਕਾਨਫਰੰਸ اٹੈਂਡ ਕਰਨ ਜਾਣਾ ਸੀ ਤੇ ਇਹ ਵੀ ਮਨਜ਼ੂਰੀ ਉਹਨਾਂ ਨੂੰ ਨਹੀਂ ਦਿੱਤੀ ਗਈ ਹਵਾਲਾ ਕੋਈ ਨਹੀਂ ਦਿੱਤਾ ਗਿਆ ਉਹਨਾਂ ਨੇ ਖੁਦ ਇਹ ਕਿਹਾ ਕਿ ਮੈਨੂੰ ਲੱਗ ਰਿਹਾ ਇਹ ਬਦਲਾਖੋਰੀ ਦੀ ਸਿਆਸੀ ਭਾਵਨਾ ਹੈ ਅਤੇ ਇਹ ਸਿਆਸੀ ਸਿਰਫ ਅਜੰਡਾ ਹੈ ਜਿਸ ਕਰਕੇ ਅਜਿਆ ਹੋਇਆ ਪਿਆਰੇ ਦਰਸ਼ਕੋ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਇਹ ਕੀ ਵਾਕਿਆ ਹੈ ਸੁਰੱਖਿਆ ਦੇ ਆ ਮਸਲਾ ਹੈ ਸੁਰੱਖਿਆ ਦੀ ਘਾਟ ਦਾ ਮਸਲਾ ਹੈ ਜਾਂ ਫਿਰ ਇਹ ਸਿਆਸੀ ਜਿਵੇਂ ਸੀਐਮ ਭਗਵੰਤ ਮਾਨ ਤੋਂ ਬਾਅਦ ਜਿਹੜਾ ਕੁਲਤਾ ਸਿੰਘ ਸੰਧਵਾ ਜੀ ਯੂਐਸਏ ਦਾ ਫੇਰੀ ਦਾ ਰੱਦ ਹੋਣਾ ਇਹ ਸਿਆਸੀ ਏਜੰਡਾ ਜਿਵੇਂ ਕੁਲਤਾ ਸਿੰਘ ਸੰਧਵਾ ਕਹਿ ਰਹੇ ਨੇ ਸਿਆਸੀ ਜਿਹੜਾ ਲਹਾ ਹੈ ਜਾਂ ਸਿਆਸੀ ਬਦਲਾਖੋਰੀ ਆ ਜਾਂ ਕੁਝ ਹੋਰ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਇਸ ਤਰ੍ਹਾਂ ਦੀ ਅਪਡੇਟ ਲਈ ਜੁੜੇ ਰਹੋ ਐਨ1 ਪੰਜਾਬੀ ਲਾਈਵ ਦੇ ਨਾਲ ਸ਼ੁਕਰਾਨੇ ਧੰਨਵਾਦ